ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰ ਲੈਂਦੇ ਹਾਂ ਦੋਸਤੋ। ਆਪਾਂ ਨੂੰ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਕਰੋਨਾ ਦਾ ਕਹਿਰ ਪੂਰੀ ਦੁਨੀਆ ਦੇ ਉੱਤੇ ਜਿਹੜਾ ਬੁਰੀ ਤਰੀਕੇ ਦੇ ਨਾਲ ਮੰਡਰਾ ਰਿਹਾ ਹੈ। ਅਜਿਹੇ ਦੇ ਵਿੱਚ ਨਾ ਸਿਰਫ ਇੰਡੀਆ ਸਗੋਂ ਹੋਰ ਜਿੰਨੇ ਵੀ ਵਿਕਸਿਤ ਦੇਸ਼ ਨੇ ਉਹਨਾਂ ਦੀ ਜਿਹੜੀ ਅਰਥ ਵਿਵਸਥਾ ਹੈ ਉਹ ਬੁਰੀ ਤਰੀਕੇ ਦੇ ਨਾਲ ਡਗਮਗਾ ਰਹੀ ਹੈ। ਬਹੁਤ ਸਾਰੇ ਲੋਕ, ਜੇਕਰ ਗਰਾਊਂਡ ਜ਼ੀਰੋ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਰੋਟੀ ਰੋਜ਼ੀ ਤੋਂ ਜਿਹੜੇ ਮੁਹਤਾਜ ਹੋ ਗਏ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਵਿਜ਼ਟਰ ਵੀਜ਼ਾ ਧਾਰਕ ਵਿਦਿਆਰਥੀ ਨੇ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹ ਆਪਣੇ ਘਰਾਂ ਨੂੰ ਵਾਪਸੀ ਕਰ ਲੈਣ। ਉਹਨਾਂ ਦੀ ਪਹਿਲ ਸਿਰਫ ਤੇ ਸਿਰਫ ਆਪਣੀ ਜਨਤਾ ਦੀ ਹੈ। ਉਹ ਉਹਨਾਂ ਨੂੰ ਸਾਰੀਆਂ ਸੁਵਿਧਾਵਾਂ ਦੇਣਗੇ, ਲੇਕਿਨ ਦੂਸਰਿਆਂ ਦਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਉਹਨਾਂ ਨੂੰ ਕਿਸੇ ਤਰੀਕੇ ਦੀ ਸੁਵਿਧਾ ਦੇਣ ਲਈ ਵਚਨਬੱਧ ਨਹੀਂ ਹੈ। ਇਸ ਸਮੇਂ ਮੇਰੇ ਨਾਲ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੀ ਹਾਜ਼ਰ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਪੜ੍ਹਿਆ ਹੋਏਗਾ ਅਖਬਾਰ ਦੇ ਵਿੱਚ ਜਿਹੜਾ ਇਹਨਾਂ ਦਾ ਬਿਆਨ ਆਇਆ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ, ਕੀ ਕਹੋਗੇ ਇਹਦੇ ਬਾਰੇ? ਨਹੀਂ, ਉਹਦੇ ਬਾਰੇ ਮੈਂ ਅੱਜ ਸਵੇਰੇ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਅੰਬੈਸੀ ਤੋਂ ਪਤਾ ਲੈ ਕੇ ਤੁਹਾਨੂੰ ਦੱਸ ਦਿਆ, ਮੈਨੂੰ ਹੁਣ ਸ਼ਾਮ ਨੂੰ ਕੋਈ 3 ਵਜੇ ਫਿਰ ਉਹਨਾਂ ਦਾ ਟੈਲੀਫੋਨ ਆਇਆ ਸੀਗਾ। ਉਹਨੇ ਕਿਹਾ ਕੋਈ ਐਡੀ ਗੱਲ ਸੀਰੀਅਸ ਨਹੀਂ, ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ। ਉਹ ਐਡਵਾਈਜ਼ਰੀ ਇੱਕ ਦਿੱਤੀ ਸੀ ਕਿ ਜੇ, ਕਿਉਂਕਿ ਕੰਮ ਹੁਣ ਸਾਡੇ ਕੋਲ ਹੈ ਨਹੀਂ, ਅਗਰ ਕਿਸੇ ਨੇ ਕੋਈ ਜਾਣਾ ਚਾਹੁੰਦਾ ਤਾਂ ਜਾ ਸਕਦਾ। ਪਰ ਮੈਨੂੰ ਪਤਾ ਲੱਗਿਆ ਫਿਰ ਅਸੀਂ ਉੱਥੇ ਬੱਚਿਆਂ ਤੋਂ ਆਪਣੇ ਤੋਂ ਪੁੱਛਿਆ, ਉਹ ਕਹਿੰਦੇ ਨਹੀਂ, ਖਾਲ ਸਾਈਡ ਵਾਲੇ ਰਵੀਰ ਸਿੰਘ ਹੋਰਾਂ ਨੇ ਕਿਹਾ ਕਿ ਜੇ ਅਗਰ ਤੁਹਾਡੇ ਕੋਲ ਨਹੀਂ ਹੈ ਖਾਣ ਨੂੰ ਇਹਨਾਂ ਨੂੰ, ਤਾਂ ਅਸੀਂ ਦੱਸੋ ਕਿੰਨੇ ਬੰਦਿਆਂ ਨੂੰ ਭੇਜੀਏ ਤੁਹਾਡੇ। ਕਹਿੰਦੇ ਉਸ ਤੋਂ ਬਾਅਦ ਉਹਨੇ ਉਹ ਬੈਗ ਮਾਰ ਗਿਆ। ਉਹਨੇ ਕਿਹਾ ਨਹੀਂ, ਮੈਂ ਤਾਂ ਇਹ ਨਹੀਂ ਮੈਂ ਕਹੀ ਕਿ ਚਲੇ ਜਾਣਾ, ਐਡਵਾਈਜ਼ਰੀ ਹੈ ਕਿਸੇ ਨੂੰ ਵੀ। ਅਤੇ ਫਿਰ ਵੀ ਉਹ ਮੈਨੂੰ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸਾਡੀ ਅੰਬੈਸੀ ਉਹਨਾਂ ਨਾਲ ਇਨ ਟੱਚ ਹੈ, ਅਗਰ ਜੋ ਜ਼ਰੂਰਤ ਪਈ ਤਾਂ ਤੁਹਾਨੂੰ ਫਿਰ ਅਸੀਂ ਦੱਸ ਦਿਆਂਗੇ ਅਗਰ ਕੋਈ ਗੱਲ ਹੋਈ। ਮੈਨੂੰ ਇਹ ਲੱਗਦਾ ਵੀ ਕੋਈ ਬਹੁਤ ਸੀਰੀਅਸ ਐਡੀ ਗੱਲ ਨਜ਼ਰ ਨਹੀਂ ਆਈ ਜੋ ਉਹਨਾਂ ਦੇ ਉਸ ਤੋਂ ਪਤਾ ਲੱਗਿਆ। ਢੀਂਡਸਾ ਸਾਹਿਬ, ਜੇ ਗੱਲ ਕਰ ਲਈਏ ਵੀ ਹਾਲ ਦੀ ਘੜੀ ਦੇ ਵਿੱਚ ਅਸੀਂ ਕਹਿ ਲਈਏ ਕਿ ਕਰੋਨਾ ਦੀ ਜਿਹੜੀ ਹੈਗੀ ਹੈਗੀ ਜਿਹੜੀ ਗਿਣਤੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ, ਮੰਨ ਲੈਂਦੇ ਆ ਕਿ ਹਾਲ ਦੀ ਘੜੀ ਦੇ ਵਿੱਚ ਉਹਨਾਂ ਨੇ ਰੂਟੀਨ ਦੇ ਵਿੱਚ ਇੱਕ ਜਿਹੜਾ ਹੈਗਾ ਬਿਆਨ ਦੇ ਦਿੱਤਾ, ਲੇਕਿਨ ਜੇਕਰ ਹਾਲਾਤ ਅੱਗੇ ਜਾ ਕੇ ਹੋਰ ਜ਼ਿਆਦਾ ਸੀਰੀਅਸ ਹੋ ਗਏ ਤਾਂ ਫਿਰ ਤੁਸੀਂ ਇਸ ਮਾਮਲੇ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਗਾ ਅੱਗੇ ਲੈ ਕੇ ਜਾਣ ਦੀ ਸੋਚ ਰਹੇ ਹੋ? ਦੇਖੋ, ਮੈਂ ਸਮਝਦਾ ਕਿ ਸਾਨੂੰ ਸਾਡੇ ਉੱਥੇ ਪੰਜਾਬੀ ਭਾਈਚਾਰਾ ਬਹੁਤ ਬੈਠਾ, ਉੱਥੇ ਗੁਰੂ ਘਰ ਨੇ, ਗੁਰਦੁਆਰੇ ਸਾਹਿਬਾਨ ਨੇ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਅਗਰ ਕੋਈ ਲੋੜ ਪਵੇ ਤਾਂ ਉਹ ਆਪਣੇ ਬੱਚਿਆਂ ਨੂੰ ਖਾਣੇ ਦਾ ਪ੍ਰਬੰਧ ਕਰ ਦੇਣ, ਜਾਂ ਕਿਤੇ ਰਹਿਣ ਦਾ ਵੀ ਜ਼ਰੂਰਤ ਹੋਵੇ, ਕਿਉਂਕਿ ਰਹਿਣ ਦੀ ਤਾਂ ਉਹਨਾਂ ਦੀ ਆਪਣੀ ਹੋਏਗੀ ਪ੍ਰਬੰਧ, ਰਹਿਣ ਦੀ ਵੀ ਜ਼ਰੂਰਤ ਹੋਵੇ ਤਾਂ ਉਹ ਰਹਿਣ ਦਾ ਵੀ ਕਰ ਸਕਦੇ ਨੇ। ਇਸ ਕਰਕੇ ਫਿਰ ਉਹਨਾਂ ਨੂੰ ਕਰਾਂਗੇ, ਅਗਰ ਹੱਦ ਐਸੀ ਗੱਲ ਹੋ ਗਈ ਜੋ ਹਾਲਾਤ ਐਸੇ ਬਣ ਗਏ ਤਾਂ ਫਿਰ ਉਹਨਾਂ ਨੂੰ ਬੇਨਤੀ ਕਰਾਂਗੇ। ਅਤੇ ਮੈਂ ਸਮਝਦਾ ਕੋਈ ਐਡੀ ਉਹਨਾਂ ਦੀ ਕੋਈ ਬਹੁਤੀ ਪ੍ਰੋਬਲਮ ਸਾਨੂੰ ਲੱਗਦਾ ਵੀ ਆਉਣੀ ਨਹੀਂ ਚਾਹੀਦੀ ਜੀ। ਇਸ ਦੇ ਨਾਲ ਹੀ ਢੀਂਡਸਾ ਸਾਹਿਬ, ਇੱਕ ਹੋਰ ਬਹੁਤ ਜਿਹੜੀ ਹੈਗੀ ਅਹਿਮ ਮੁੱਦੇ 'ਤੇ ਅਸੀਂ ਗੱਲ ਕਰੀਏ, ਭਾਈ ਨਿਰਮਲ ਸਿੰਘ ਖਾਲਸਾ ਦੀ ਪਦਮ ਸ਼੍ਰੀ ਅਵਾਰਡੀ, ਤੁਸੀਂ ਵੀ ਪਦਮ ਸ਼੍ਰੀ ਅਵਾਰਡੀ ਹੋ, ਜੋ ਉਹਨਾਂ ਦੇ ਨਾਲ ਸਾਰਾ ਘਟਨਾਕ੍ਰਮ ਵਾਪਰਿਆ ਜਦੋਂ ਕਰੋਨਾ ਪੋਜ਼ਿਟਿਵ ਆਏ ਤਾਂ ਪਹਿਲਾਂ ਗੁਰੂ ਰਾਮਦਾਸ ਹੋਸਪਿਟਲ ਦੇ ਵਿੱਚ ਜਿਹੜੇ ਹੈਗੇ ਨੇ ਐਡਮਿਟ ਸੀ, ਅਜਿਹੇ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਉਹਨਾਂ ਨੂੰ ਸ਼ਿਫਟ ਕਰਕੇ ਦੂਸਰੇ ਹਸਪਤਾਲ ਗੁਰੂ ਨਾਨਕ ਦੇ ਵਿੱਚ ਭੇਜਿਆ ਗਿਆ? ਇਹੀ ਤਾਂ ਦੁੱਖ ਦੀ ਗੱਲ ਹੈ। ਦੇਖੋ, ਜੋ ਸੇਵਾ ਉਹਨਾਂ ਨੇ ਹਰਿਮੰਦਰ ਸਾਹਿਬ ਕੀਤੀ, ਔਰ ਉਹ ਐਡੇ ਵੱਡੇ ਮਾਹਰ ਸੀਗੇ ਕਿ ਉਹਨਾਂ ਦੇ ਵਰਗਾ ਬਹੁਤ ਅੱਜ ਦੇ ਯੁੱਗ ਵਿੱਚ ਲੱਭਣਾ ਬਹੁਤ ਮੁਸ਼ਕਿਲ ਹੈ, ਕਿ ਇੰਨੇ ਉਹਨਾਂ ਦੇ ਬਾਵਜੂਦ ਵੀ ਕਿ ਗੁਰੂ ਰਾਮਦਾਸ ਹੋਸਪਿਟਲ 'ਚੋਂ ਉਹਨਾਂ ਨੂੰ ਵਾਪਸ ਗੁਰੂ ਨਾਨਕ ਜਿਹੜਾ ਸਰਕਾਰੀ ਹੈ ਗੁਰੂ ਨਾਨਕ ਹੋਸਪਿਟਲ ਉੱਥੇ ਭੇਜ ਦਿੱਤਾ, ਜਦੋਂ ਕਿ ਐਗਜੀਬਿਸ਼ਨ ਲੋੜ ਨਹੀਂ ਸੀ, ਉੱਥੇ ਤਾਂ ਯੂਨੀਵਰਸਿਟੀ ਬਣ ਗਈ ਹੁਣ। ਉੱਥੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਮਾਨ ਹੈ, ਸਾਡੇ ਕੋਲ ਭੇਜੋ, ਅਤੇ ਉਲਟਾ ਸਾਡੇ ਆਪਣੇ ਰਾਗੀ ਸਾਹਿਬ ਨੂੰ ਉੱਥੇ ਭੇਜ ਦਿੱਤਾ। ਅਤੇ ਇਦੋਂ ਬੁਰੀ ਗੱਲ ਕੀ ਹੋ ਸਕਦੀ? ਮੈਂ ਸਮਝਦਾ ਜਿੰਨੀ ਜ਼ਿੰਮੇਵਾਰੀ ਸਰਕਾਰ ਦੀ ਹੈ ਉੰਨੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬਣਦੀ ਹੈ। ਬਿਲਕੁਲ ਜੀ, ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈਗੀ ਜ਼ਿੰਮੇਵਾਰੀ ਇੱਥੇ ਮੈਂ ਕਹਿੰਦੀ ਹਾਂ ਕਿ ਹੋਰ ਵੀ ਜ਼ਿਆਦਾ ਬਣ ਜਾਂਦੀ ਹੈ, ਕਿਉਂਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਲੰਬਾ ਸਮਾਂ ਜਿਹੜੀਆਂ ਆਪਣੀਆਂ ਸੇਵਾਵਾਂ ਦਿੱਤੀਆਂ, ਪਰ ਜਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਦੇਹ ਨੂੰ ਰੋਲਿਆ ਗਿਆ, ਤੁਹਾਨੂੰ ਥੋੜ੍ਹਾ ਜਿਹਾ ਮੈਂ ਸ਼ਾਇਦ ਤੁਸੀਂ ਪਹਿਲਾਂ ਤੋਂ ਜਾਣੂ ਹੋ ਗਏ, ਲੇਕਿਨ ਮੈਂ ਹੋਰ ਦੱਸਣਾ ਚਾਹਾਂਗੀ, ਜਦੋਂ ਉਹਨਾਂ ਦੀ ਢੀਂਡਸਾ ਸਾਹਿਬ ਉਹਨਾਂ ਦੀ ਜਿਹੜਾ ਡੈਡ ਬਾਡੀ ਆ ਲਿਜਾਈ ਗਈ ਤਾਂ ਉਹਨਾਂ ਦੀ ਡੈਡ ਬਾਡੀ ਨੂੰ ਘੜੀਸਦੇ ਹੋਏ ਲਿਜਾਇਆ ਗਿਆ, ਜਦਕਿ ਇੱਕ ਪਦਮ ਸ਼੍ਰੀ ਅਵਾਰਡੀ ਜੋ ਇਨਸਾਨ ਹੈ ਉਹਦਾ ਸਰਕਾਰੀ ਸਨਮਾਨਾਂ ਦੇ ਨਾਲ ਜਿਹੜੀ ਹੈਗੀ ਹੈਗੀ ਪੂਰੀ ਉਹਦੇ ਡੈਡ ਬਾਡੀ ਨੂੰ ਜਿਹੜਾ ਹੈਗਾ ਅੱਗੇ ਉਹ ਉਹਨਾਂ ਦਾ ਜਿਹੜਾ ਪੂਰਾ ਸੰਸਕਾਰ ਹੋਣਾ ਚਾਹੀਦਾ ਸੀ। ਇਹੀ ਨਹੀਂ ਕੀਤਾ ਜੋ ਉਹਨਾਂ ਦੇ ਪਰਿਵਾਰ ਦੀ, ਮੈਂ ਆਡੀਓ ਸੁਣ ਰਿਹਾ ਸੀਗਾ ਟੀਵੀ 'ਤੇ, ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਗੱਲ ਜਦੋਂ ਕਰ ਰਹੇ ਸੀ, ਉਹਨਾਂ ਨੂੰ ਕਹਿ ਰਹੇ ਸੀ ਕਿ ਮੈਨੂੰ 4 ਘੰਟੇ ਹੋ ਗਏ ਕਿਸੇ ਨੇ ਪੁੱਛਿਆ ਤੱਕ ਨਹੀਂ,
ਔਰ ਉਸ ਤੋਂ ਬਾਅਦ ਜੋ ਜਿਸ ਤਰ੍ਹਾਂ ਦੀ ਉਹਨਾਂ ਦੀ ਬੋਡੀ ਨੂੰ ਰੋਲਿਆ ਗਿਆ, ਇੱਥੋਂ ਦੁੱਖ ਵੱਡਾ ਹੋ ਹੀ ਨਹੀਂ ਸਕਦਾ ਕੋਈ, ਕਿ ਉਹਨੂੰ ਜਿੰਨੀ ਬੁਰੀ ਤਰ੍ਹਾਂ ਆਪਾਂ ਕੰਡੈਮ ਕਰ ਸਕੀਏ ਉਸ ਤਰ੍ਹਾਂ ਹੀ ਕੰਡੈਮ ਕਰਨਾ ਚਾਹੀਦਾ, ਚਾਹੇ ਸਰਕਾਰੀ ਡਾਕਟਰਾਂ ਦੀ ਗੱਲ ਸੀ, ਚਾਹੇ ਸਾਡੇ ਗੁਰੂ ਰਾਮਦਾਸ ਹੋਸਪਿਟਲ ਦੀ ਗੱਲ ਸੀ। ਉਹਨਾਂ ਨੇ ਦੁੱਖ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਬੋਡੀ ਐਡਮਿਨਿਸਟ੍ਰੇਸ਼ਨ ਦੀ ਓਨੀ ਜ਼ਿੰਮੇਵਾਰੀ ਬਣਦੀ ਸੀ ਜਿਨ੍ਹਾਂ ਨੇ ਉਹਨਾਂ ਦੀ ਬੋਡੀ ਨੂੰ ਇਸ ਬੁਰੀ ਤਰ੍ਹਾਂ ਇੰਨੇ ਘੰਟੇ ਰੋਲਦੇ ਰਹੇ ਅਤੇ ਉਹਨਾਂ ਨੂੰ ਸੰਸਕਾਰ ਕਰਨ ਨੂੰ ਵੀ ਜਗ੍ਹਾ ਨਹੀਂ ਮਿਲੀ, ਉਹ ਵੀ ਪ੍ਰਾਈਵੇਟ ਬੰਦੇ ਨੇ ਦਿੱਤੀ ਹੈ। ਹਾਲਾਂਕਿ ਉਹਨੇ ਕਿਹਾ ਉਹਨਾਂ ਦੇ ਕਿ ਜੇ ਨਹੀਂ ਪੰਚਾਇਤ ਨੇ ਜਗ੍ਹਾ ਦਿੱਤੀ, ਪੰਚਾਇਤ ਨੇ ਕੋਈ ਜਗ੍ਹਾ ਨਹੀਂ, ਕਿਸੇ ਇੰਡੀਵਿਜੁਅਲ ਨੇ ਦਿੱਤੀ ਹੈ ਤਾਂ ਉਹਨਾਂ ਦਾ ਸੰਸਕਾਰ ਹੋਇਆ। ਇਸ ਕਰਕੇ ਇਹ ਤਾਂ ਬਹੁਤ ਇੰਨੀ ਬੁਰੀ ਤਰ੍ਹਾਂ ਕਹਿ ਸਕਦੇ ਹਾਂ ਕਿ ਉਹਦੇ ਨਾਲ ਵਿਹਾਰ ਕੀਤਾ ਗਿਆ ਕਿ ਕਿਸੇ ਵੀ ਆਮ ਬੰਦੇ ਨਾਲ ਵੀ ਨਹੀਂ ਹੋ ਸਕਦਾ। ਜੀ ਸਾਹਿਬ, ਗੱਲ ਕਰੀਏ ਕਿ ਪ੍ਰਸ਼ਾਸਨ ਸੁਭਾਵਿਕ ਹੈ ਜ਼ਿੰਮੇਵਾਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ, ਪਰ ਇਸ ਦੇ ਨਾਲ ਹੀ ਜੋ ਬਿਆਨ ਪਹਿਲਾਂ ਆਉਣਾ ਚਾਹੀਦਾ ਸੀ ਕਿਸੇ ਵੀ ਡੈਡ ਬੋਡੀ ਨੂੰ ਲੈ ਕੇ, ਹੈਲਥ ਮਿਨਿਸਟਰ ਸਰਦਾਰ ਬਲਬੀਰ ਸਿੰਘ ਸਿੱਧੂ ਦਾ ਜਿਹੜਾ ਹੈਗਾ ਬਿਆਨ ਹੁਣ ਆਇਆ ਹੈਗਾ ਕਿ ਕੋਈ ਵੀ ਜਿਹੜੀ ਡੈਡ ਬੋਡੀ ਹੈਗੀ ਜੇਕਰ ਉਹਦਾ ਸੰਸਕਾਰ ਆਪਾਂ ਕਰਦੇ ਹਾਂ ਤਾਂ ਉਹਦੇ ਨਾਲ ਵਾਇਰਸ ਨਹੀਂ ਫੈਲਦਾ, ਕੀ ਕਹਿਣਾ ਚਾਹੋਗੇ ਕਿ ਇਹ ਪਹਿਲਾਂ ਨਹੀਂ ਸੀ ਆਉਣਾ ਚਾਹੀਦਾ ਇਹ ਬਿਆਨ? ਮੇਰਾ ਖਿਆਲ ਹੈ ਪਹਿਲਾਂ ਵੀ ਲੋਕਾਂ ਨੂੰ ਪਤਾ ਸੀ, ਪਤਾ ਨਹੀਂ ਤਾਂ ਕਿਉਂ ਹੋਇਆ ਕਿ ਨਹੀਂ, ਹਾਲਾਂਕਿ ਇਹਨੂੰ ਪਹਿਲਾਂ ਆਉਣਾ ਚਾਹੀਦਾ ਸੀ। ਜਦੋਂ ਕਿ ਹਰ ਰੋਜ਼ ਮੈਂ ਆਪਾਂ ਦੇਖਦੇ ਬਲਵੀਰ ਸਿੰਘ ਰੋਜ਼ ਟੀਵੀ 'ਤੇ ਆਉਂਦਾ ਅਤੇ ਆ ਕੇ ਗੱਲ ਕਰਦਾ, ਬਲਵੀਰ ਸਿੰਘ ਨੂੰ ਚਾਹੀਦਾ ਸੀ ਕਿ ਪਹਿਲਾਂ ਸਾਰੀ ਗੱਲ ਲੋਕਾਂ ਨੂੰ ਦੱਸਦਾ ਕਿ ਅਗਰ ਇਸ ਤਰ੍ਹਾਂ ਦੀ ਕੋਈ ਹਾਲਤ ਹੋਵੇ ਉੱਥੇ ਘਬਰਾਉਣ ਦੀ ਲੋੜ ਨਹੀਂ ਹੈ, ਕਿ ਉਹਦਾ ਕੋਈ ਸੰਸਕਾਰ ਉਹ ਨਾ ਕੀਤਾ ਜਾਵੇ। ਇਸ ਕਰਕੇ ਉਹਨਾਂ ਨੂੰ ਪਹਿਲਾਂ ਮੈਂ ਤਾਂ ਇਹ ਕਹਿੰਦਾ ਵੀ ਸਰਕਾਰ ਪੂਰੀ ਦੀ ਪੂਰੀ ਜ਼ਿੰਮੇਵਾਰੀ 'ਚ ਮਿਨਿਸਟਰ ਤੋਂ ਲਾ ਕੇ ਹੇਠਾਂ ਤੱਕ ਡਾਕਟਰਾਂ ਤੱਕ ਸਾਰੀ ਇਸ ਤਰ੍ਹਾਂ ਡੀ ਸੀ ਐੱਸ ਐੱਸ ਪੀ ਹੋਰ ਜਿੰਨੀ ਐਡਮਿਨਿਸਟ੍ਰੇਸ਼ਨ ਹੈ ਉਹ ਸਾਰੀ ਜ਼ਿੰਮੇਵਾਰ ਹੈ। ਇਹ ਕੋਈ ਇਹ ਨਹੀਂ ਹੈ ਕਿ ਇੱਕ ਜ਼ਿੰਮੇਵਾਰ, ਸਾਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਦਾ ਕੀਤਾ ਵਿਹਾਰ ਉਹਨਾਂ ਦੀ ਬੋਡੀ ਨਾਲ, ਉਹ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ, ਨਾ ਹੀ ਹੋ ਸਕਦਾ। ਉਹ ਤਾਂ ਬਹੁਤ ਵੱਡੇ ਮਹਾਨ ਕਲਾਕਾਰ ਸਨ, ਬੜਾ ਮਹਾਨ ਰਾਗੀ ਸਨ ਜੀ। ਇਸ ਕਰਕੇ ਬਹੁਤ ਦੁੱਖ ਵਾਲੀ ਗੱਲ ਹੈ, ਇੱਦੋਂ ਦੁੱਖ ਬੜਾ ਹੋ ਨਹੀਂ ਸਕਦਾ ਕੋਈ ਜੀ। ਬਾਕੀ ਪੰਥ ਦੇ ਲਈ ਜਿਹੜੀ ਹੈਗੀ ਬੜੀ ਵੱਡੀ ਜਿਹੜੀ ਹੈਗੀ ਇੱਕ ਨਾਮੋਸ਼ੀ ਵਾਲੀ ਜਿਹੜੇ ਹਾਲਾਤ ਬਣੇ ਹੋਏ ਨੇ ਕਿ ਇੱਕ ਐਸੀ ਮਹਾਨ ਸ਼ਖਸੀਅਤ ਪੰਥ ਦਾ ਹੀਰਾ ਜਿਸ ਦੀ ਡੋਡੀ ਡੈਡ ਬੋਡੀ ਹੈਗੀ ਜਿਹੜੀ ਇਸ ਤਰੀਕੇ ਨਾਲ ਜਿਹੜੀ ਇਸ ਤਰੀਕੇ ਨਾਲ ਰੁਲੀ ਹੈ ਤਾਂ ਪ੍ਰਸ਼ਾਸਨ ਦੇ ਉੱਤੇ ਔਰ ਮੌਜੂਦਾ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਸਵਾਲ ਖੜ੍ਹੇ ਕਰਦੀ ਹੈ। ਇਹਦੇ ਨਾਲ ਹੀ ਢਿੰਡ ਸਾਹਿਬ ਇੱਕ ਹੋਰ ਬਹੁਤ ਜ਼ਰੂਰੀ ਗੱਲ ਜਿਹੜੀ ਹੈਗੀ ਹੈਗੀ ਕਿ ਉੱਥੇ ਓ ਪੀ ਸੋਨੀ ਜੀ ਦਾ ਇੱਕ ਬਿਆਨ ਆਇਆ ਕਿ ਜਿਹੜਾ ਹੈਗਾ ਮੈਡੀਕਲ ਸਟਾਫ ਆ ਉੱਥੋਂ ਦੇ ਉਹਨਾਂ ਨੇ ਹੜਤਾਲ ਕਰ ਦਿੱਤੀ, ਕਹਿ ਦਿੱਤਾ ਕਿ ਸਾਡੇ ਕੋਲ ਜ਼ਰੂਰੀ ਜਿਹੜਾ ਸਮਾਨ ਆ ਚਾਹੇ ਉਹ ਪੀ ਪੀ ਕਿੱਟਾਂ ਨੇ, ਹੈ ਨਾ, ਮਾਸਕ ਨੇ, ਗਲਵਸ ਨੇ, ਉਹ ਸਾਰੀਆਂ ਚੀਜ਼ਾਂ ਨਹੀਂ ਹਨ। ਲੇਕਿਨ ਸਰਕਾਰ ਦੂਜੇ ਪਾਸੇ ਵਾਰ ਵਾਰ ਸਰਕਾਰ ਦਾ ਇਹੋ ਬਿਆਨ ਆ ਰਿਹਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰਾ ਸਮਾਨ ਹੈ, ਕਿਸੇ ਚੀਜ਼ ਦੀ ਘਾਟ ਨਹੀਂ, ਕੀ ਕਹੋਗੇ? ਨਹੀਂ, ਘਾਟ ਦਾ ਤਾਂ ਇਹ ਹੈ ਕਿ ਮੈਂ ਤੁਹਾਨੂੰ ਪਤਾ ਵੀ ਜਿੱਦਣ ਸ਼ੁਰੂ ਹੋਇਆ ਉਸ ਦਿਨ ਮੈਂ ਪਤਾ ਕੀਤਾ ਸੰਗਰੂਰ ਬਰਨਾਲੇ, ਕਿਉਂਕਿ ਸਾਡੇ ਹਲਕੇ 'ਚ ਪੈਂਦਾ ਸੀ ਕਿ ਵੈਂਟੀਲੇਟਰ ਹੈ ਇੱਥੇ ਕੋਈ, ਕਹਿੰਦੇ ਉੱਥੇ ਵੈਂਟੀਲੇਟਰ ਤੱਕ ਵੀ ਨਹੀਂ ਕੋਈ ਹੈ। ਅਤੇ ਫਿਰ ਮੈਂ 30 ਲੱਖ ਰੁਪਏ ਭੇਜਿਆ ਉੱਥੇ, 15-15 ਲੱਖ ਦਿੰਦਾ ਵੀ ਤੈਨੂੰ ਵੈਂਟੀਲੇਟਰ ਤਾਂ ਦਿਓ, ਪਰ ਅਜੇ ਤੱਕ ਨਹੀਂ ਆਇਆ ਸੀ, 10 ਦਿਨ ਹੋ ਗਏ ਮੇਰੇ ਪੈਸੇ ਗਿਆ ਨੂੰ, ਪਰ ਵੈਂਟੀਲੇਟਰ ਅਜੇ ਤੱਕ ਵੀ ਨਹੀਂ ਕੋਈ ਆਇਆ। ਮੈਨੂੰ ਦੁੱਖ ਦਾ ਇਹ ਵੀ ਸਰਕਾਰ ਕਹਿੰਦੀ ਕੁਛ ਹੋਰ ਹੈ, ਅੰਦਰੋਂ ਨਿਕਲਦਾ ਕੁਛ ਹੋਰ ਹੈ। ਜੇ ਅੰਮ੍ਰਿਤਸਰ ਸਾਹਿਬ ਬਾਰੇ ਜਗ੍ਹਾ 'ਤੇ ਜਿਹੜਾ ਬਹੁਤ ਇੰਪੋਰਟੈਂਟ ਸ਼ਹਿਰ ਵੀ ਹੈ, ਵੱਡਾ ਸ਼ਹਿਰ ਹੈ ਔਰ ਬੜਾ ਧਾਰਮਿਕ ਸਥਾਨ ਹੈ, ਧਾਰਮਿਕ ਸ਼ਹਿਰ ਹੈ, ਉਸ ਥਾਂ 'ਤੇ ਵੀ ਇਹ ਪੂਰੀ ਨਹੀਂ ਹੈ ਅਤੇ ਆਮ ਹਸਪਤਾਲਾਂ 'ਚ ਕੀ ਹਾਲ ਹੋਏਗਾ ਉਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਜੀ। ਇਸੇ ਨਾਲ ਡਾਕਟਰ ਸਾਹਿਬ ਇੱਕ ਹੋਰ ਬਹੁਤ ਜਿਹੜੀ ਗੱਲ ਆ ਮੈਂ ਤੁਹਾਡੇ ਨੋਟਿਸ ਦੇ ਵਿੱਚ ਲਿਆਉਣਾ ਚਾਹਾਂਗੀ, ਸਿਹਤ ਵਿਭਾਗ ਦੇ ਜਿਹੜੇ ਕਰਮਚਾਰੀ ਨੇ, ਜੇਕਰ ਹੈਲਥ ਸੈਕਟਰੀ ਤੋਂ ਲੈ ਕੇ ਥੋੜ੍ਹਾ ਹੋਰ ਨੀਚੇ ਤੱਕ ਡਾਕਟਰਸ ਦੀ ਗੱਲ ਕਰਾਂ ਤਾਂ ਉਹ ਆਮ ਪਬਲਿਕ ਦੇ ਨਾਲ ਜਿਹੜੀ ਉਹਨਾਂ ਦੀ ਡੀਲਿੰਗ ਆ ਬੜੀ ਹੀ ਬੁਰੀ ਆ ਰਹੀ ਹੈ। ਬਹੁਤ ਸਾਰੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ, ਪਿੱਛੇ ਇੱਕ ਲੇਡੀ ਨੇ ਜਿਹੜਾ ਹੈਗਾ ਹੈਗਾ ਪ੍ਰੈਗਨੈਂਟ ਲੇਡੀ ਨੇ ਰੋਡ ਦੇ ਉੱਤੇ ਜਿਹੜਾ ਹੈਗਾ ਹੈਗਾ ਬੱਚੇ ਨੂੰ ਜਨਮ ਦਿੱਤਾ। ਜਿਹੜੇ ਪ੍ਰਾਈਵੇਟ ਹਸਪਤਾਲ ਨੇ ਬੰਦ ਹੋ ਰਹੇ ਨੇ ਕਿਉਂਕਿ ਪ੍ਰਾਈਵੇਟ ਹਸਪਤਾਲ ਚੱਲਦੇ ਨੇ ਸਰਕਾਰ ਦੀ ਮਦਦ ਦੇ ਨਾਲ। ਪ੍ਰਾਈਵੇਟ ਹਸਪਤਾਲ ਮੈਕਸ ਦੀ ਗੱਲ ਕਰਾਂ ਤਾਂ ਮੈਕਸ ਜਿਹੜਾ ਇੱਕ ਐਸਾ ਹਸਪਤਾਲ ਆ ਜਿਸ ਨੂੰ ਸਿਰਫ 1 ਰੁਪਇਆ ਜਿਹੜਾ ਡੀਲ ਦੇ ਉੱਤੇ 50 ਸਾਲਾਂ ਦੇ ਲਈ ਜਿਹੜੀ ਦਿੱਤਾ ਹੋਇਆ ਹੈਗਾ, ਕੀ ਕਹੋਗੇ ਕਿ ਐਸੇ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਜਿਹੜੀ ਸਰਕਾਰ ਦੀ ਮਿਲੀ ਭੁਗਤਾ ਇਹ ਇਨਸਾਨੀਅਤ ਨੂੰ ਕਿੰਨਾ ਜਿਹੜਾ ਸ਼ਰਮਸ਼ਾਰ ਕਰ ਰਹੀ ਹੈ? ਸਰਕਾਰ ਨੂੰ ਉਸ ਉਹਨਾਂ ਹਸਪਤਾਲਾਂ 'ਤੇ ਤਾਂ ਐਕਟ ਲੈਣਾ ਹੀ ਲੈਣਾ ਚਾਹੀਦਾ ਜਿਹਨਾਂ ਦੀ 1 ਰੁਪਏ ਮਹੀਨੇ 'ਤੇ ਅਗਰ ਹੈਗਾ ਤਾਂ ਇੱਦੋਂ ਵੱਡੀ ਸਹੂਲਤ ਹੋਰ ਕਿਸੇ ਹਸਪਤਾਲ ਨੂੰ ਕੀ ਹੋ ਸਕਦੀ ਹੈ? ਇਸ ਕਰਕੇ ਉਹਨੇ ਹਸਪਤਾਲਾਂ 'ਤੇ ਹੋਣਾ ਹੀ ਹੋਣਾ ਚਾਹੀਦਾ। ਔਰ ਉਸ ਤੋਂ ਇਲਾਵਾ ਇੱਕ ਬੀਬਾ ਜੀ ਮੈਂ ਹੋਰ ਦੱਸਣਾ ਚਾਹੁੰਦਾ ਕਿ ਉੱਥੇ ਬੜਾ ਵਿਰੋਧ ਤੁਸੀਂ ਵੀ ਪੜ੍ਹਿਆ ਹੋਣਾ ਕਿ ਨਰਸਿਸ ਕਹਿ ਰਹੀਆਂ ਡਾਕਟਰ ਨਹੀਂ ਆ ਰਹੇ ਜੀ, ਉਹ ਭੱਜ ਰਹੇ ਨਰਸਿਸ ਵਿਚਾਰੀਆਂ ਨੂੰ, ਉਹਨਾਂ ਨੂੰ ਕਈਆਂ ਨੂੰ ਕਰੋਨਾ ਹੋ ਗਿਆ,
ਤੇ ਡਾਕਟਰ ਕਹਿੰਦੇ ਸਾਡੇ ਕੋਲ ਸਮਾਨ ਕੋਈ ਨਹੀਂ। ਇਸ ਕਰਕੇ ਦੁੱਖ ਦੀ ਗੱਲ ਹੈ ਵੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਸਾਡੇ ਕੋਲ ਪੂਰਾ ਇੰਤਜ਼ਾਮ ਹੈ, ਇੱਕ ਪਾਸੇ ਕੋਈ ਵੀ ਹਸਪਤਾਲ ਕੋਈ ਵੀ ਡਾਕਟਰ ਕੋਈ ਵੀ ਨਰਸ ਇਹ ਕਹਿਣ ਨੂੰ ਤਿਆਰ ਨਹੀਂ ਕਿ ਪੂਰਾ ਸਾਡੇ ਕੋਲ ਸਮਾਨ ਹੈ, ਅਤੇ ਇੱਦੋਂ ਦੁੱਖ ਦੀ ਗੱਲ ਕਿਹੜੀ ਗੱਲ ਹੋ ਸਕਦੀ ਹੈ। ਮੈਂ ਸਮਝਦਾ ਕੰਨੇ ਵੱਧ ਤੋਂ ਵੱਧ ਕੰਨੇ ਹੋਣਾ ਚਾਹੀਦਾ। ਜੀ ਧੰਨਵਾਦ ਜੀ। ਸੋ ਅੱਜ ਤੁਹਾਡੀ ਗੱਲਬਾਤ ਕਰਵਾਈ ਅਸੀਂ ਸੁਖਦੇਵ ਸਿੰਘ ਢੀਂਡਸਾ ਜੀ ਨੇ, ਜਿਨ੍ਹਾਂ ਨੇ ਸਿੱਧੇ ਤੌਰ 'ਤੇ ਸਪਸ਼ਟ ਤੌਰ 'ਤੇ ਕਹਿ ਦਿੱਤਾ ਕਿ ਸਰਕਾਰ ਦੀ ਜਿਹੜੀ ਨਾਕਾਮੀ ਆ ਸਾਹਮਣੇ ਆ ਰਹੀ ਹੈਗੀ ਪ੍ਰਾਈਵੇਟ ਹਸਪਤਾਲਾਂ 'ਤੇ। ਬਿਆਨਬਾਜ਼ੀ ਕਹਿਣ ਦੀ ਬੇਸ਼ੱਕ ਕੁਝ ਹੈ, ਕੈਪਟਨ ਸਾਹਿਬ ਵਾਰ ਵਾਰ ਕਹਿ ਰਹੇ ਨੇ ਕਿ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਉੱਤੇ ਐਕਸ਼ਨ ਲੈ ਰਹੇ ਹਾਂ, ਲੇਕਿਨ ਇੱਕ ਔਰਤ ਦਾ ਰਾਤ ਨੂੰ ਇੱਕ ਪ੍ਰੈਗਨੈਂਟ ਲੇਡੀ ਦਾ ਬੱਚੇ ਨੂੰ ਬਿਨਾਂ ਹਸਪਤਾਲ ਤੋਂ ਜਨਮ ਦੇਣਾ, ਹਾਲਾਂਕਿ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਹੈਗਾ ਬਹੁਤ ਜਿਹੜੀ ਹੈਗੀ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਜਿਹੜੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉੱਥੇ ਕੋਈ ਵੀ ਪ੍ਰਾਈਵੇਟ ਹਸਪਤਾਲ ਵਾਲੇ ਜਿਹੜੇ ਹੈਗੇ ਆ ਉਸ ਲੇਡੀ ਨੂੰ ਪਨਾਹ ਦੇਣ ਦੇ ਲਈ ਤਿਆਰ ਨਹੀਂ ਹੋਈ। ਅਜਿਹੇ ਦੇ ਵਿੱਚ ਗਰਾਊਂਡ ਰਿਪੋਰਟ ਕੀ ਹੈ, ਸਾਡੀਆਂ ਸਰਕਾਰਾਂ ਕੀ ਕਹਿ ਰਹੀਆਂ ਨੇ, ਸਵਾਲ ਉੱਠਣੇ ਲਾਜ਼ਮੀ ਨੇ। ਕੈਮਰਾਮੈਨ ਸੋਨੂੰ ਜਾਸਲਾ ਦੇ ਨਾਲ ਮੈਂ ਹਰਦੀਪ ਕੌਰ ਫਿਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਚੰਡੀਗੜ੍ਹ।